ਇਹ ਆ ਜੀ ਸੁੰਡ, ਖੇਤ ਤੋਂ ਲਿਆ ਕੇ ਸੁੰਡ ਪਹਿਲਾਂ ਥੋੜ੍ਹੀ ਧੋ ਧਾ ਕੇ ਸਫਾਈ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਧੋ ਕੇ ਅਸੀਂ ਇੱਕ ਬੰਨੇ ਕਲੀ ਗਰਮ ਰੱਖੀ ਹੈ ਜਿਹਨੂੰ ਚੂਨਾ ਕਹਿੰਦੇ ਨੇ, ਅਤੇ ਚੂਨੇ ਦੇ ਵਿੱਚ ਪਾ ਦਿੱਤੀ ਜਾਂਦੀ ਹੈ। ਹੌਲੀ ਹੌਲੀ ਪਾਉਣ ਦੇ ਚੂਨਾ ਪਹਿਲਾਂ ਗਰਮ ਕਰ ਲੈਣਾ ਚਾਹੀਦਾ, ਅਤੇ ਬਾਲੇ ਖਾਣਾ ਜਦੋਂ ਆਵੇ ਉਦੋਂ ਇਸ ਵਿੱਚ ਸੁੰਡ ਜਿਹੜੀ ਆ ਕੱਚੀ ਪਾ ਦਿੱਤੀ ਜਾਂਦੀ ਹੈ। ਇਸ ਨੂੰ ਕਾਫ਼ੀ ਚਿਰ ਰਿੰਨਣਾ, ਘੱਟ ਤੋਂ ਘੱਟ ਘੰਟਾ ਹਰਾ ਰਿੰਨਣਾ ਚਾਹੀਦਾ ਹੈ, ਤਾਂ ਕਿ ਇਹਦੇ ਵਿੱਚ ਜਿਹੜੀ ਕੌੜਵਾ ਜਾਂ ਵਾਧੂ ਪਦਾਰਥ ਜਿਹੜੇ ਹੁੰਦੇ ਆ ਉਹ ਨਸ਼ਟ ਹੋ ਜਾਂਦੇ ਹਨ। ਇਸ ਨੂੰ ਕਾਫ਼ੀ ਦੇਰ ਰਿੰਨਣਾ ਪੈਂਦਾ ਹੈ। ਆ ਤੁਹਾਡੇ ਸਾਹਮਣੇ ਵੇਖੋ, ਜਿੰਨਾ ਤੱਕ ਇਹਦੇ 'ਤੇ ਪੂਰੀ ਕਲੀ ਦੀ ਪਰਤ ਨਹੀਂ ਚੜ੍ਹ ਜਾਂਦੀ ਜਾਂ ਥੋੜ੍ਹਾ ਥੋੜ੍ਹਾ ਉੱਪਰਲਾ ਜਿਹੜੀ ਚਮੜੀ ਇਹ ਗਲ ਨਹੀਂ ਜਾਂਦੀ, ਉਹਨਾਂ ਤੱਕ ਅਸੀਂ ਇਸ ਨੂੰ ਵਿੱਚ ਕੱਢਣਾ ਨਹੀਂ ਚਾਹੀਦਾ। ਇਸ ਨੂੰ ਕਾਫ਼ੀ ਦੇਰ ਤੱਕ ਇਹਦੇ ਵਿੱਚ ਅਤੇ ਇਸ ਨੂੰ 10-10, 15-15 ਮਿੰਟ ਤੱਕ ਹਿਲਾਉਂਦੇ ਜਾਣਾ ਚਾਹੀਦਾ ਹੈ। ਤੁਹਾਡੇ ਸਾਹਮਣੇ ਦੇਖ ਰਹੇ ਜੇ ਤੁਸੀਂ ਇਹਨੂੰ ਹਿਲਾਉਣ ਡੇ, ਅਤੇ ਇਸ ਤੋਂ ਬਾਅਦ ਇਹਨੂੰ ਕੱਢ ਲਈ ਅਤੇ ਇਸ ਹਾਲਤ ਦੇ ਵਿੱਚ ਨਿਕਲਦੀ ਹੈ। ਫਿਰ ਇਸ ਨੂੰ ਸੁੱਕਣ ਲਈ ਛੱਤ ਦੇ ਉੱਪਰ ਜਾਂ ਜੇ ਧੁੱਪ ਥੱਲੇ ਹੀ ਆ ਤਾਂ ਇਸ ਨੂੰ ਧੁੱਪੇ ਸੁਕਾਏਦੇ ਨੇ। ਇਹਨੂੰ 2-4 ਦਿਨ 'ਚ ਵਧੀਆ ਧੁੱਪ ਦੇ ਵਿੱਚ ਸੁਕਾ ਕੇ ਰੱਖਣਾ ਚਾਹੀਦਾ ਹੈ, ਤਾਂ ਕਿ ਇਹ ਜਿਹੜੀ ਆ ਜਿੱਦਾਂ ਸਾਨੂੰ ਦੁਕਾਨਾਂ ਤੋਂ ਸੁੱਕੀ ਗੰਢ ਪ੍ਰਾਪਤ ਹੁੰਦੀ ਹੈ ਉੱਦਾਂ ਦੀ, ਅਤੇ ਆ 4-5 ਦਿਨ ਦੇ ਬਾਅਦ ਵਿੱਚ ਇਹ ਸੁੰਡ ਬਿਲਕੁਲ ਇਸ ਤਰ੍ਹਾਂ ਦੀ ਹੋ ਜਾਵੇਗੀ ਜਿਸ ਤਰ੍ਹਾਂ ਦੀ ਤੁਸੀਂ ਦੁਕਾਨਾਂ ਉੱਪਰੋਂ ਖਰੀਦਦੇ ਹੋ। ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ। ਜਿਸ ਵੀਰ ਨੂੰ ਸੁੰਡ ਦਾ ਬੀਜ ਚਾਹੀਦਾ ਹੈ ਜਾਂ ਕੱਚੀ ਸੁੰਡ ਚਾਹੀਦੀ ਹੈ ਉਹ ਲੈ ਸਕਦਾ ਹੈ।